ਮਾਹੌਲ ਦੇ ਵਿੱਚ ਬੰਦਾ ਆਵੇ ਅਤੇ ਇਹਨੂੰ ਪੀਤੇ ਤੋਂ ਬਿਨਾਂ ਵਾਪਸ ਚਲਾ ਜਾਵੇ, ਮਤਲਬ ਕਿ ਉਹ ਬੰਦੇ ਨੂੰ ਕੌਫੀ ਦੀ ਜਾਂਚ ਹੀ ਰਹੇਗੀ, ਉਹ ਬੰਦੇ ਨੂੰ ਪਤਾ ਨਹੀਂ ਵੀ ਕੌਫੀ ਹੁੰਦੀ ਵੀ ਹੈ। ਸੋ ਆਪਾਂ ਅੱਜ ਫਿਰ ਇੱਥੇ ਆਏ ਹਾਂ, ਜਿੰਨੇ ਦਿਨ ਰਹਿਣਾ ਇਸ ਥਾਂ 'ਤੇ ਜ਼ਰੂਰ ਆਉਣਾ ਅਤੇ ਇੱਥੋਂ ਕੌਫੀ ਪੀ ਕੇ ਚਾਰਜ ਜ਼ਰੂਰ ਹੋਣਾ ਹੈ। ਕਿਉਂ ਬਣਿਆ ਨਾ ਪਾਮ ਜ਼ੁਮੇਰਾ, ਉਹ ਹੀ 22 ਤਰੀਕ ਤੀਜਾ ਮਹੀਨਾ 2024 ਆਪਾਂ ਨਿਕਲਣ ਲੱਗੇ ਹਾਂ ਹੋਟਲ ਤੋਂ ਸਫਾਰੀ ਨੂੰ। ਪਹਿਲਾਂ ਹੁਣੇ ਜਾ ਕੇ ਆਏ ਹਾਂ ਸਵੇਰੇ ਫਿਊਚਰ ਮਿਊਜ਼ੀਅਮ, ਮਿਊਜ਼ੀਅਮ ਆਫ ਫਿਊਚਰ, ਅਤੇ ਹੁਣ ਆਪਾਂ ਚੱਲੇ ਹਾਂ ਸਫਾਰੀ ਡੈਜ਼ਰਟ। ਮੈਂ ਕਿਹਾ ਚਲੋ ਸੜਕ ਤਾਂ ਕੀ ਆ ਆਪਾਂ ਦਿਖਾਉਂਦੇ ਆਉਣਾ, ਇੱਥੇ ਹੁਣ ਆਪਾਂ ਹੈਗੇ ਹਾਂ ਪਹੁੰਚੇ ਜਿੱਥੇ ਆਣ ਕੇ ਆਹ ਵਾਲੀਆਂ ਜਿਹੜੀਆਂ ਕੋਡ ਬਾਈਕਸ ਜਿਹੜੇ ਆ ਨਾ, ਅਤੇ ਇਹਦੇ ਵਿੱਚ ਛੋਟੀਆਂ ਬੱਗੀਆਂ ਵੀ ਆ ਅਤੇ ਵੱਡੀਆਂ ਵੀ ਆ, ਅਤੇ ਇਹਦੇ ਵਿੱਚ ਉਹ ਹੁਣ ਵੱਡੀਆਂ ਬੱਗੀਆਂ ਦਾ ਲੱਗੇ ਆ ਪੰਗਾ ਲੈਣ। ਸੋ ਜਿਹਦੇ ਵਿੱਚ ਫੈਮਿਲੀ ਪੈਕੇਜ ਦੇ ਵਿੱਚ ਆ ਸਾਰਾ ਕੁਛ, ਇੱਥੇ ਆਣ ਕੇ ਫਿਰ ਉਹ ਸਾਰੇ ਜਣੇ ਇੱਦਾਂ ਆਪਣਾ ਇੱਕ ਤਾਂ ਰਿਫਰੈਸ਼ਮੈਂਟ ਇਹਨਾਂ ਦੀ ਵਿੱਚੇ ਹੁੰਦੀ ਆ, ਅਤੇ ਉਸ ਤੋਂ ਬਾਅਦ ਆ ਫਿਰ ਮੁੜ ਕੇ ਆ ਪਾਣੀ ਪੂਣੀ ਦੀਆਂ ਬੋਤਲਾਂ ਛੋਤਲਾਂ ਸਾਰਿਆਂ ਨੂੰ ਦਿੰਦੇ ਆ, ਪਲੱਸ ਫਿਰ ਇਹਦੇ ਅੰਦਰ ਉਹ ਸਿਰਾਂ ਦੇ ਉੱਤੇ ਉਹ ਨਹੀਂ ਉਹ ਹੁੰਦੇ ਇੱਦਾਂ ਬੰਨਣੇ।
ਜਿਹਦੇ 'ਚ ਅਸੀਂ ਹੈਗੇ ਹਾਂ ਬੜੇ ਪਤੇ ਕੋਲ ਪਿੱਛੇ ਹਟੇ ਲੈਂਡ ਕਰੂਜ਼ਰ। ਸੋ ਜਿਹੜਾ ਪੂਰੇ ਪੰਗਿਆਂ ਵਾਲਾ ਕੰਮ ਚੱਲ ਰਿਹਾ ਠੀਕ ਹੈ। ਅਤੇ ਆ ਆ ਇਹਦੇ ਟਾਇਰਾਂ ਦਾ ਹਵਾ ਵੀ ਘੱਟ ਕੀਤੀ ਉਹ ਆ, ਪਤਾ ਨਹੀਂ ਪਹਿਲੀ ਵੀਡੀਓ 'ਚ ਮੈਂ ਮੈਸੇਜ ਕਰ ਦੇਖ ਜ਼ਿਕਰ ਕੀਤਾ। ਅਤੇ ਉਸ ਤੋਂ ਬਾਅਦ ਆ ਸਾਰੇ ਉਹ ਆ ਕੈਂਪ ਜੇ ਜਿਹੜੇ ਅਰਬੀ ਲੋਕਾਂ ਨੇ ਜਿਹੜੇ ਇੱਥੋਂ ਦੇ ਵਸਿੰਦੇ ਆ ਮਾਲਕ ਆ ਇਸ ਧਰਤੀ ਦੇ ਹੈਗੇ ਤਾਂ ਅਸੀਂ ਉਹ 10% ਹੀ ਆ, ਬਟ ਇਹ ਉਹਨਾਂ ਨੇ ਆਪਣੇ ਪ੍ਰਾਈਵੇਟ ਵਿਲੇ ਟਾਈਪ ਗੱਬੇ ਆਣ ਕੇ ਬਣਾਏ ਹੋ ਆ ਜਿਹਦੇ ਵਿੱਚ ਖਾਣਾ ਪਾਣੀ ਵੀ ਸਾਰਾ ਹੁੰਦਾ ਆ, ਬਈ A to Z ਉਹਨਾਂ ਦੇ ਸ਼ੈਫ ਵਗੈਰਾ ਨਾਲ ਹੀ ਆਉਂਦੇ ਆ। ਉਹ ਪਿਛਲੇ ਪਾਸੇ AC ਵੀ ਲੱਗੇ ਹੋਇਆ, ਮਤਲਬ ਕਿ ਆਪ ਉਹ ਇੱਥੇ ਚੰਗੀ ਤਰ੍ਹਾਂ ਆਣ ਕੇ ਰਹਿ ਕੇ ਫਨ ਸ਼ਨ ਪ੍ਰੋਪਰ ਉਹਨਾਂ ਦਾ ਇੱਥੇ ਚੱਲਦਾ ਆ, ਅਤੇ ਉਹ ਕਹਿੰਦੇ ਆਪਣੀਆਂ ਬੱਗੀਆਂ ਬੁੱਗੀਆਂ ਨਾਲ ਹੀ ਲਿਆ ਕੇ ਫਿਰ ਪ੍ਰੋਪਰ ਇੱਥੇ ਸਾਰੇ ਘੁੰਮ ਕੇ, ਕਿਉਂਕਿ ਇੱਕ ਇਹ ਨਹੀਂ ਵੀ ਇੱਕੋ ਹੀ ਆ, ਇੱਕ ਇਹ ਆ ਇੱਕ ਉਹ ਪਰੇ ਆ, ਅਤੇ ਇੱਦਾਂ ਹੀ ਉਹ ਹੋਰ ਵੀ ਪਰਲੇ ਪਾਸੇ ਹੈਗੇ ਆ। ਆ ਸਾਰੇ ਜਿੰਨੇ ਵੀ ਆ ਨਾ, ਹਾਂਜੀ ਇਹ ਨੇ ਆਪਣੇ ਭਾਜੀ ਹੋਣੀ ਜੰਪਲ ਇੱਥੋਂ ਹੀ ਨੇ, ਪਿੱਛੋਂ ਪਾਕਿਸਤਾਨ ਲਾਹੌਰ ਤੋਂ ਆ, ਔਰ ਇਹਨਾਂ ਦੀ ਵੀ ਜਿਹੜੀ ਪੰਜਾਬੀ ਆ ਪੂਰੀ ਸ਼ੁੱਧ ਆ। ਸੋ ਜਿਵੇਂ ਮੈਂ ਪੰਜਾਬੀ ਸਾਫ ਬੋਲਦਾ ਉਵੇਂ ਹੀ ਆਪਣਾ ਕੋਈ ਜਿਹੜੇ ਦੱਸੋ ਪਿਛੋਕੜ ਕੀ ਹਿਸਾਬ, ਤੁਹਾਡੀ ਸਕੂਲਿੰਗ ਕਿੱਥੇ ਹੋਈ ਆ, ਕਿੱਦਾਂ ਕਿੱਦਾਂ? ਭਾਜੀ ਸਕੂਲਿੰਗ ਆਪਣੀ ਦਵਾਈ 'ਚ ਹੋਈ ਹੈ, ਇੱਥੇ ਅਲਾਮਾ ਇਕਬਾਲ ਯੂਨੀਵਰਸਿਟੀ 'ਚ ਅਸੀਂ ਪੜ੍ਹੇ ਹਾਂ, ਅਤੇ ਪਿੱਛੋਂ ਪਾਕਿਸਤਾਨ ਆਪਣਾ ਲਾਹੌਰ ਹੈ ਸਾਡਾ, ਅਤੇ ਇੱਥੇ ਪਹਿਲੇ ਮੰਮੀ ਡੈਡੀ ਆਏ ਸਨ, ਫਿਰ ਅਸੀਂ ਇੱਥੇ ਜੰਪਲ ਹੋਏ ਹਾਂ, ਇੱਥੇ ਜੋਬ ਸ਼ੁਰੂ ਕੀਤੀ, ਇੱਥੇ ਆਪਣਾ ਬਿਜ਼ਨਸ ਹੈ, ਅਤੇ ਬੜਾ ਮਜ਼ਾ ਹੈ। ਅੱਜ ਹੁਣ ਤੁਸੀਂ ਕਿਹੜਾ ਕੰਮ ਕਰ ਇੱਥੇ ਲੱਗੇ ਹੋ ਕਰਨ? ਇਹ ਆਪਣਾ ਟੂਰਿਜ਼ਮ ਦਾ ਕੰਮ ਹੈ ਸਾਰਾ, ਠੀਕ ਹੈ ਜੀ। ਮਤਲਬ ਜਿਹੜਾ ਵੀ ਟੂਰਿਸਟ ਆਏ ਉਹਨੂੰ ਜੋ ਵੀ ਐਕਟੀਵਿਟੀ ਟੂਰਿਜ਼ਮ ਦੀ ਤਰਫੋਂ ਚਾਹੀਦੀ ਹੈ, ਅੱਜ ਅੱਜ ਸਫਾਰੀ ਟੂਰ ਹੈ, ਅਬੂ ਧਾਬੀ ਸਿਟੀ ਟੂਰ ਹੈ, ਔਰ ਦੁਬਈ ਸਿਟੀ ਟੂਰ ਹੈ, ਡਿਨਰ ਕਰੂਜ਼ ਵਗੈਰਾ ਹੈ, ਇਹ ਸਾਰੀ ਐਕਟੀਵਿਟੀਜ਼ ਆਪਣੇ ਕੋਲ ਨੇ, ਔਰ ਯਾਟ ਰਾਈਡ ਲਗਜ਼ਰੀ ਹੁੰਦੀ ਉਹ ਵੀ ਆਪਣੇ ਕੋਲ ਨੇ। ਅਤੇ ਕਦੀ ਵੀ ਆਪਣੇ ਕੋਈ ਵੀ ਫੈਮਿਲੀ ਮੈਂਬਰ ਭਾਈ ਹੋਰਾਂ ਦੇ ਜਾਂ ਤੁਹਾਡੇ ਕੋਈ ਵੀ ਆਪਣੇ ਆਉਣ ਪੰਜਾਬੀ ਜੋ ਵੀ ਨੇ, ਅਤੇ ਮੋਸਟ ਵੈਲਕਮ, ਅਤੇ ਸਾਰੀ ਉਹਨਾਂ ਨੂੰ ਸਰਵਿਸ ਆਪਾਂ ਪ੍ਰੋਵਾਈਡ ਕਰਾਂਗੇ। ਤੁਹਾਡਾ ਕੋਈ ਨੰਬਰ, ਕੋਈ ਤੁਹਾਡਾ ਕੰਟੈਕਟ? ਹਾਂਜੀ, ਮੈਂ ਤੁਹਾਨੂੰ ਦੇਣਾ ਆਪਣਾ ਕਾਰਡ ਵੀ ਦੇਣਾ, ਜਿਹੜਾ ਆਪਣੇ ਇਹਦੇ ਲਿਖਿਆ ਸੀ ਮੋਨੋਗ੍ਰਾਮ ਵੀ ਆਪਣੀ ਕੰਪਨੀ ਦਾ ਯੂ ਹੀ, ਉਹਦੇ ਤੇ ਮੇਰਾ ਨੰਬਰ ਵੀ, ਵੈਬਸਾਈਟ ਸਾਰਾ ਕੁਝ ਲਿਖਿਆ ਆਪਣੀ ਕੰਪਨੀ ਦਾ, ਬਣਾ ਲਾ ਵੀਡੀਓ ਦੀ। ਹਾਂਜੀ ਹਾਂਜੀ, ਹੁਣ ਅਸੀਂ ਮਿਡਲ ਇਨ ਦ ਡੈਜ਼ਰਟ ਖੜੇ ਆ, ਅਤੇ ਇਹ ਆਪਣੀ ਲੈਂਡ ਕਰੂਜ਼ਰ ਹੈ, ਅਤੇ ਇਹ ਆਪਣਾ ਨੰਬਰ ਸਾਰਾ ਕੁਝ ਲਿਖਿਆ ਵਟਸਐਪ ਵਾਲਾ ਵੀ। ਆਹ ਸਾਰੀ ਇਹਨਾਂ ਦੀ ਡਿਟੇਲ ਆ, ਸੋ ਕਈ ਬੰਦੇ ਆਣ ਕੇ ਨਾ ਉਹ ਇੱਦਾਂ ਕਿ ਕਈਆਂ ਹੋਰ ਕੰਪਨੀਆਂ ਦੇ ਚੱਕਰਾਂ 'ਚ ਪੈ ਜਾਂਦੇ ਜੋ ਕਿ ਬਹੁਤ ਮਹਿੰਗੇ ਹੈਗੇ ਆ, ਬਹੁਤ ਮਹਿੰਗੇ ਹੁੰਦੇ ਨੇ, ਉੱਥੋਂ ਕਦੀ ਨਹੀਂ ਕਰਨਾ। ਸੋ ਇਹਨਾਂ ਦੇ ਨਾਲ ਤੁਸੀਂ ਸਿੱਧਾ ਕੰਟੈਕਟ ਹੈਗਾ ਆ ਰੱਖਣਾ, ਸੋ ਤੁਹਾਨੂੰ ਇੱਕ ਤਾਂ ਨਾਲੇ ਭਾਸ਼ਾ ਦਾ ਕੋਈ ਇਸ਼ੂ ਨਹੀਂ, ਕੋਈ ਇਸ਼ੂ ਆਪਣੀ ਆਪਣੀ ਭਾਸ਼ਾ ਆਪਣੀ ਹੀ ਸਾਰੀ ਇੱਥੇ ਗੱਲਬਾਤ। ਸੋ ਤੁਸੀਂ ਕੁਝ ਹੋਰ ਲੱਗੇ ਸੀਗੇ ਦੱਸਣ ਕਿ ਆਪਾਂ ਮਿਡਲ ਆਫ ਡੈਜ਼ਰਟ ਖੜੇ ਆ? ਇਹ ਡੈਜ਼ਰਟ ਹੈ ਟੂ ਪਾਰਟ, ਇਹ ਡੈਜ਼ਰਟ ਦਾ ਇਹ ਜਿੱਥੇ ਅਸੀਂ ਖੜੇ ਆ ਰੈਡ ਡਿਊਨ ਇਹਨੂੰ ਕਹਿੰਦੇ ਨੇ, ਲਹਿਬਾਬ ਡੈਜ਼ਰਟ ਹੈ, ਇਹ ਸਾਹਮਣੇ ਓਮਾਨ ਦਾ ਬਾਰਡਰ ਹੈ ਮਸਕਤ, ਇੱਥੇ ਨਾਲ ਹੀ ਅਗਲੇ ਪਾਸੇ ਮਸਕਤ ਦਾ ਬਾਰਡਰ ਹੈ, ਉਹ ਡਿਊਨ ਗੱਡੀ ਤੋਂ ਪਿੱਛੇ ਅਗਲੇ ਪਾਸੇ, ਠੀਕ ਹੈ ਜੀ, ਮਸਕਤ ਉੱਥੋਂ ਅੱਗੇ ਮਸਕਤ ਦਾ ਏਰੀਆ ਵੀ ਸ਼ੁਰੂ ਹੋ ਜਾਣਾ, ਠੀਕ ਹੈ, ਕ੍ਰਾਸ ਕਰਕੇ ਅਸੀਂ ਜਾਣਾ, ਅਸੀਂ UAE ਦੇ ਤੋਂ ਖੜੇ ਆ, ਅਤੇ ਇਹ ਜਿਹੜਾ ਡੈਜ਼ਰਟ ਇਹਨੂੰ ਰੈਡ ਡਿਊਨ ਕੀਤਾ ਜਾਂਦਾ, ਇੱਕ ਡੈਜ਼ਰਟ ਦੂਸਰਾ ਉਹਦਾ ਵਾਈਟ ਕਲਰ ਹੈ ਸੈਂਡ ਦਾ, ਉੱਥੇ ਵੀ ਲੋਕ ਲਿਆਉਂਦੇ ਨੇ ਲੇਕਿਨ ਗੈਸਟ ਨੂੰ ਨਹੀਂ ਪਤਾ ਹੁੰਦਾ, ਲੇਕਿਨ ਮੇਨ ਸਫਾਰੀ ਹੈ ਰੈਡ ਡਿਊਨ, ਠੀਕ ਹੈ, ਕਿਸੇ ਨੂੰ ਸੁਜੈਸਟ ਕਰਨਾ ਤੁਸੀਂ ਕਿਸੇ ਨੂੰ ਭੇਜਣਾ ਜੀ ਕਹਿਣਾ ਲਹਿਬਾਬ ਰੈਡ ਡਿਊਨ ਸਫਾਰੀ ਹੈ ਸਾਡਾ। ਹਾਂ ਲਓ ਜੀ ਸਾਰੇ ਜਣੇ ਸੁਣ ਲਓ, ਸਾਰੇ ਜਿਹੜੇ ਸੁਣ ਲਓ, ਪਈ ਬੈਸਟ ਇਹ ਸੈਂਡ ਦੇਖੋ ਭਾਜੀ, ਤੁਸੀਂ ਆਪਣੇ ਹੱਥਾਂ ਨਾਲ ਲਾਓ, ਕੱਪੜਿਆਂ ਨਾਲ ਲਾਓ, ਉਲਟਾ ਇਹ ਕਲੀਨ ਕਰ ਦੇਦੀ ਇਹ ਸੈਂਡ ਦਾ, ਐਵੇਂ ਦਾ ਮਜ਼ਾ ਹੈ, ਮੇਰੇ ਤੋਂ ਕੁਝ ਨਹੀਂ ਕਰਦਾ, ਕੋਈ ਡਰਟੀ ਕੁਝ ਨਹੀਂ ਕਰੇਗੀ। ਸ਼ੁਕਰੀਆ ਜੀ ਤੁਹਾਡਾ, ਹਾਂਜੀ ਧੰਨਵਾਦ। ਅਤੇ ਅਰਬੀ ਸਪੀਕਿੰਗ ਹੈ, ਇੰਗਲਿਸ਼ ਸਪੀਕਿੰਗ ਹੈ, ਪੰਜਾਬੀ ਸਪੀਕਿੰਗ ਹੈ, ਨੋ ਪ੍ਰੋਬਲਮ, ਸਾਰੀਆਂ ਭਾਸ਼ਾ ਆਪਾਂ ਨੂੰ ਆਉਂਦੀਆਂ ਹੈ, ਠੀਕ ਹੈ। ਸੋ ਲਓ ਇਹਨਾਂ ਦੇ ਨਾਲ ਇਹ ਚੀਜ਼ ਦਾ ਵਾਕਈ ਬੜਾ ਫਾਇਦਾ ਆ ਕਿ ਇਹ ਸਾਰੀਆਂ ਭਾਸ਼ਾਵਾਂ ਬੋਲ ਲੈਂਦੇ ਆ, ਅਤੇ ਔਰ ਆਪਣਾਪਨ ਤੁਹਾਨੂੰ ਇੱਥੇ ਜ਼ਿਆਦਾ ਇਹਨਾਂ ਨਾਲ ਮਹਿਸੂਸ। ਬਿਲਕੁਲ, ਹੁਣ ਅਸੀਂ
ਜਿੱਥੇ ਡੈਜ਼ਰਟ ਦੇ ਅੰਦਰ ਆਪਾਂ ਜਾਣਾ ਹੈ ਅਤੇ ਬਾਕੀ ਉੱਥੇ ਢਾਬੇ ਤਰ੍ਹਾਂ ਢਾਬਾ ਬਣਿਆ ਹੈ, ਉੱਥੇ ਜਾ ਕੇ ਤੁਹਾਡਾ ਕੈਮਰ ਰਾਈਡ ਹੋਏਗਾ, ਫਿਰ ਬਾਰਬੀਕਿਊ ਡਿਨਰ ਹੋਏਗਾ, ਫਿਰ ਦੋ ਲਾਈਵ ਸ਼ੋਅ ਹੋਣਗੇ, ਤਨੂਰਾ ਫਾਇਰ ਸ਼ੋਅ, ਪਹਿਲੀ ਡਾਂਸ ਜਿਹੜਾ ਉਹ ਇੱਕ ਮੰਥ ਕਲੋਜ਼ ਆ, ਹੌਲੀ ਮੰਥ ਰਮਜ਼ਾਨ ਦਾ ਮਹੀਨਾ ਹੈ ਨਾ ਜੀ ਜੀ, ਅਤੇ ਅਗਲੇ ਮਹੀਨੇ ਪਹਿਲੀ ਡਾਂਸ ਵੀ ਓਪਨ ਹੋ ਜਾਏਗਾ, ਠੀਕ ਹੈ ਜੀ, ਉਹ ਖਾਲੀ ਇੱਕ ਮਹੀਨਾ ਸਾਲ 'ਚ ਕਲੋਜ਼ ਹੁੰਦਾ ਹੈ ਹੌਲੀ ਮੰਥ, ਕੋਈ ਚੱਕਰ ਨਹੀਂ ਜੀ, ਅਤੇ ਉੱਥੇ ਤੁਹਾਡਾ ਸੈਂਡ ਬੋਰਡ ਅਤੇ ਹੈ ਨਾ ਟੈਟੂ ਅਤੇ ਸਮੋਕਿੰਗ ਸ਼ੀਸ਼ਾ ਅਤੇ ਬਾਰਬੀਕਿਊ ਅਤੇ ਸ਼ੋਅ ਸਾਰਾ ਕੁਝ ਉੱਥੇ, ਹੁਣ ਅਸੀਂ ਇੱਥੋਂ ਨਿਕਲ ਕੇ ਉੱਥੇ ਜਾਣਾ, ਠੀਕ ਹੈ, ਇੱਥੋਂ ਸਾਨੂੰ 20 ਮਿੰਟ ਲੱਗਣਗੇ ਟੈਂਟ ਜਾਣ ਲਈ ਉਸ ਜਗ੍ਹਾ 'ਤੇ, ਚਲੋ ਜੀ, ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਲੈਟਸ ਗੋ, ਓਕੇ ਜੀ, ਓਕੇ। ਪਲੱਸ ਇਹਦੇ 'ਚ ਹਵਾ ਲੱਗੀ ਆ ਭਰਨ, ਅਤੇ ਇਹਨਾਂ ਦਾ ਜਿਹੜਾ ਕਾਰਡ ਦੇ ਉੱਤੇ ਇਹਨੇ ਮੈਨੂੰ ਕਿਹਾ ਸੀ ਵੀ ਨੰਬਰ ਜਿਹੜੇ ਦਿਖਾ ਦਿਓ, ਆਹ ਆ ਨੰਬਰ ਇਹਨਾਂ ਦਾ, ਜਦੋਂ ਆਪਾਂ ਸਫਾਈ ਕਰਕੇ ਆਉਣਾ ਹੈ ਨਾ ਲਾਜ਼ਮ ਡੇਲੀ ਸਫਾਈ ਕਰਨਾ ਇਹਦਾ ਫਿਲਟਰ, ਅਗਰ ਆਪਾਂ ਸਫਾਈ ਨਹੀਂ ਕਰਦੇ ਦੀ ਤਾਂ ਵਿਦਇਨ 15 ਦਿਨ ਦੇ ਅੰਦਰ ਇੰਜਨ ਪੂਰਾ ਸੀਲ ਹੋ ਜਾਏਗਾ, ਅਤੇ ਪੂਰੇ ਇੰਜਨ ਦੇ ਨਾਲ ਏਅਰ ਫਿਲਟਰ ਕੱਢਣ ਲੱਗਾ, ਸੋ ਇਹਨਾਂ ਦੇ ਕੋਲ ਆਪਣੀਆਂ 20 ਤੋਂ 22 ਹੈਗੀਆਂ ਜਿਹੜੀਆਂ ਇਹਦੇ ਨਾਲ ਦੀਆਂ ਲੈਂਡ ਕਰੂਜ਼ਰਾਂ, ਅਤੇ ਅੱਛਾ ਜੀ, ਸੋ ਜਿਹਦੇ ਕੋਲ ਇਹ ਹੈ ਨਹੀਂ ਕਿ ਉਹ ਸਮਝ ਲਓ ਸਫਾਰੀ ਗਾਈਡ ਨੇਗਾ, ਸਫਾਰੀ ਗਾਈਡ ਨਹੀਂ, ਜੋ ਇੱਥੇ ਡੈਜ਼ਰਟ 'ਚ ਫਸਿਆ ਵੀ ਰਹੇਗਾ, ਇਹਦੇ 'ਚ ਨਾਲ ਅਸੀਂ ਹਵਾ ਕੱਢਣੀ ਹੈ, ਹਵਾ ਨੂੰ ਵੇਚਣਾ ਹੈ, ਠੀਕ ਹੈ, ਇਹ ਵੇਖੋ ਹੈ ਗੇਜ, ਇਹਦੇ ਨਾਲ ਹਵਾ ਮਿਲਣੀ ਹੈ ਟਾਇਰ 'ਚ, ਇਹ ਓਪਨਰ ਹੈ, ਇਹਦੇ ਨਾਲ ਆਪਾਂ ਓਪਨ ਕਰਨਾ ਹੈ ਜੀ, ਹੁਣ ਮੈਂ ਤੁਹਾਨੂੰ ਟਾਇਰ ਦੀ ਹਵਾ ਭਰ ਕੇ ਵਿਖਾ ਲੱਗਾ ਜੀ, ਆਪਾਂ ਕੱਢੀ ਹੈ ਜੀ, ਇਹ ਟਾਇਰ 'ਚ ਆਪਾਂ ਹਵਾ ਕੀਤੀ ਪਹਿਲੇ 13 ਪਾਉਂਡ ਹੈ ਜੀ, ਅਤੇ ਨੋਰਮਲ ਰੋਡ 'ਚ 40 ਪਾਉਂਡ ਕਰੀ ਦੀ, ਠੀਕ ਹੈ, ਠੀਕ ਹੈ ਨਾ, ਅਤੇ ਇਹ ਦੇਖੋ ਇਹ ਸੀ, ਇਹ ਇਹਨਾਂ ਦਾ ਜਿਹੜਾ ਪ੍ਰੈਸ਼ਰ ਆ ਪਾਉਂਡਾਂ ਪਾਉਂਡਾਂ ਵਾਈਜ਼ ਆ, ਉੱਦਾਂ ਹੁੰਦਾ ਆ ਪ੍ਰੈਸ਼ਰ ਇਨ ਸਕੁਅਰ ਇੰਚ, ਜੋ ਕਿ PSI ਜਾਂ PIS ਉਹਨੂੰ ਸਾਦੇ ਹੁੰਦੇ ਆ, ਹੁਣ ਅਸੀਂ ਓਪਨ ਕਰਨ ਲੱਗ ਪਏ ਆ ਜੀ, ਸੋ ਮੈਂ ਓਪਨ ਕਰ ਦਿੱਤੀ, ਸੋ ਇਹਨਾਂ ਨੇ ਸਿੱਧਾ ਹੀ ਬਾਹਰ ਖਿੱਚ ਲਿਆ, ਅਤੇ ਉਹ ਹੀ ਨੋਜ਼ਲ ਨੂੰ ਹੀ ਸਿੱਧਾ ਲਾਤਾ ਆ, ਰਾਦਰ ਦੈਨ ਉਹ ਆਪਾਂ ਲਾਉਂਦੇ ਹੁੰਦੇ ਆ ਨਾ ਇੱਦਾਂ ਦੀ ਜਿਹੜੀ ਆ, ਅਤੇ ਉਹ ਨਹੀਂ ਹੈਗਾ, ਲਾਇਆ ਸਿੱਧੀ ਨੋਜ਼ਲ ਹੀ ਨਾਲ ਚੱਕ ਕੇ ਲਾਤੀ ਹੈ, ਨਹੀਂ ਆਹ 36 ਹੁਣ ਹੋ ਗਈ ਆ, ਠੀਕ ਹੈ ਜੀ, 36 ਤੋਂ 40 ਕਰਦੇ ਹਾਂ, 36 ਤੋਂ 40, ਸੋ ਆਹ ਵਾਲੀ 36 ਹੁਣ ਹੋ ਗਈ ਆ, ਲੋਕੀ ਤਾਂ ਨਾ ਸਹਾਰਾ ਡੈਜ਼ਰਟ 'ਚ ਆਣ ਕੇ ਲੈਂਦੇ ਆ ਕੈਮਲ ਰਾਈਡ, ਅਤੇ ਇਹ ਇੱਥੇ ਹੋਰਸ ਰਾਈਡ, ਸਿੱਧਾ
ਇੱਥੋਂ ਹੁਣ ਅਸੀਂ ਸਾਰਾ ਕੁਛ ਆਹ ਆਪਣਾ ਕਰਕੇ ਆਹ ਝੂਟੇ ਝਾੜੇ ਲੈ ਕੇ ਊਠਾਂ ਆਠਾਂ 'ਤੇ ਅਤੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਕੈਂਪ ਦੇ ਅਤੇ ਉਹ ਕੈਂਪ ਦੇ ਵਿੱਚ ਅੰਦਰ ਬੁਲਾਉਂਦੇ ਆ। ਇੱਥੇ ਕੈਂਪ ਦੇ ਵਿੱਚ ਰਮਦਾਨ ਦਾ ਮਹੀਨਾ ਹੋਣ ਕਰਕੇ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਕਿ ਉਹ ਦੂਜਾ ਨਹੀਂ ਹੋਣਾ ਆਪਣਾ ਬੈਲੀ ਡਾਂਸ, ਜੋ ਕਿ ਚੰਗੀ ਗੱਲ ਆ। ਫੈਮਲੀ ਦੇ ਨਾਲ ਤਾਂ ਉੱਦਾਂ ਵੀ ਨਹੀਂ ਹੋਣਾ ਚਾਹੀਦਾ ਹੁੰਦਾ, ਬਟ ਚਲੋ ਉਹ ਪਹਿਲੋਂ ਨਹੀਂ ਹੈਗਾ। ਸੋ ਬਾਕੀ ਇੱਥੇ ਹੋਰ ਪੰਜ ਪੰਜ ਤਰੀਕਿਆਂ ਨਾਲ ਖੜ ਕੇ ਫੋਟੋ ਫੋਟੋ ਖਿਚਾਉਣ ਨੂੰ ਹੁੰਦਾ ਸਾਰਾ ਕੁਛ। ਬਾਹਰੋਂ ਇੱਥੇ ਨਾ ਸਾਰੀਆਂ ਗੱਡੀਆਂ ਗੁੱਡੀਆਂ ਖੜੀਆਂ ਹੁੰਦੀਆਂ, ਇੱਥੋਂ ਆਉਂਦੇ ਆ ਆਣ ਕੇ ਉੱਥੇ ਉਸ ਪਾਸੇ ਕੈਮਲ ਰਾਈਡਿੰਗ ਅਤੇ ਹੋਰ ਸਾਰਾ ਕੁਛ ਹੋ ਕੇ ਘੋੜ ਸਵਾਰੀ ਵੀ ਨਾਲ ਹੈਗੀ ਆ। ਉਸ ਤੋਂ ਬਾਅਦ ਆਹ ਇੱਕ ਰਿਫਰੈਸ਼ਮੈਂਟ ਆਪਣੇ ਨਾ ਜਿੱਦਾਂ ਹੁੰਦਾ ਆ ਵਿਆਹਾਂ ਦੇ ਉੱਤੇ ਗੁਲਗਲੇ, ਬਟ ਇਹ ਸੋਫਟ ਆ ਉੱਦਾਂ ਦਾ ਆ। ਨੋਰਮਲੀ ਕੀ ਹੁੰਦਾ ਇੱਥੇ ਸਾਰੇ ਆਪਾਂ ਬਹਿਣਾ ਹੁੰਦਾ ਆ ਇਸ ਥਾਵਾਂ ਦੇ ਉੱਤੇ, ਅਤੇ ਆਹ ਬੜੀਆਂ ਚੀਜ਼ਾਂ ਪੇੜ ਵਾਲੀਆਂ ਹੁੰਦੀਆਂ, ਜਿਹੜਾ ਤੁਸੀਂ ਆਪ ਉੱਥੇ ਘਰੋਂ ਖਰੀਦਣਾ ਜਾਂ ਕਿੱਦਾਂ ਵੀ ਆ, ਉਹਦਾ ਮੈਨੂੰ ਨਹੀਂ ਆ ਪਤਾ, ਉਹ ਵੀ ਕੋਈ VIP ਟਾਈਪ ਹੀ ਆ। ਅਤੇ ਨੋਰਮਲੀ ਇੱਥੇ ਆਪਾਂ ਬਹਿਣਾ ਹੁੰਦਾ ਆ, ਇਹ ਤਾਂ ਇੱਥੇ ਹੁੰਦਾ ਆ ਜੋ ਵੀ ਸਾਰਾ ਪ੍ਰੋਗਰਾਮ, ਸ਼ੋ, ਡਾਂਸ, ਹਰ ਚੀਜ਼ ਇੱਥੇ ਹੁੰਦੀ ਆ। ਰਮਦਾਨ ਦਾ ਮਹੀਨਾ ਹੋਣ ਕਰਕੇ ਡਾਂਸ ਨਹੀਂ ਹੋ ਰਿਹਾ ਇੱਕ ਮਹੀਨੇ ਵਾਸਤੇ, ਅਤੇ ਉਹ ਇੱਥੇ ਫਿਰ ਮੁੜ ਕੇ ਤੁਸੀਂ ਆਪਣਾ ਖਾਣਾ ਜਿਹੜਾ ਨਾ ਉਹ ਚੱਕ ਚੱਕ ਕੇ ਲੈ ਕੇ ਆਉਣਾ ਹੁੰਦਾ ਆ, ਅਤੇ ਖਾਣਾ ਜਿਹੜਾ ਆ ਉਹ ਨੋਰਮਲੀ ਉਹਦੇ ਅੰਦਰ ਲੱਗਾਇਆ ਹੁੰਦਾ, ਉੱਥੋਂ ਫਿਰ ਤੁਸੀਂ ਲਿਆ ਕੇ ਆਪਣਾ। ਅਤੇ ਬਾਕੀ ਆਹ ਜਿਹੜੇ ਨਾ ਆਪਣੇ ਆ ਪਏ ਆ ਇਹਨਾਂ ਦੇ ਨਾਲ ਉਹ ਰਿਫਰੈਸ਼ਮੈਂਟ ਡਰਿੰਕ ਸਾਰਾ ਕੁਛ ਇੱਥੇ ਇੱਕ ਛੋਟਾ ਜਿਹਾ ਆਪਣੀ ਰੱਖੀ ਹੁੰਦੀ ਆ ਜਿੱਦਾਂ ਕੂਲ ਬੋਕਸ, ਉਹਦੇ ਵਿੱਚ ਆਹ ਤੁਸੀਂ ਦੇਖਿਓ ਆੜੇ ਇੱਥੇ ਡਰਿੰਕ ਸਾਰੇ ਪਏ ਆ ਟੇਬਲਾਂ ਦੇ ਉੱਤੇ, ਇਹ ਸਾਰੇ ਉਹ ਹੀ ਆ ਅਤੇ ਉਹ ਕੂਲ ਬੋਕਸ ਦੇ ਵਿੱਚ ਹੀ ਹੁੰਦੇ ਆ। ਅਤੇ ਇੱਥੋਂ ਤੁਸੀਂ ਲਿਆ ਕੇ ਉਹ ਚੱਕ ਕੇ ਆਪਣੇ ਵਿੱਚੋਂ ਕੱਢ ਕੇ ਰੱਖ ਕੇ ਤੁਸੀਂ ਪੀ ਜਾਣਾ, ਨਾਲ ਦੇਖੀ ਜਾਣਾ, ਸਾਰਾ ਕੁਛ ਕਰੀ ਜਾਣਾ। ਹਾਊਐਵਰ ਅਤੇ ਉੱਥੇ ਹੈਗਾ ਜਿਹੜਾ ਪੂਰਾ ਖਾਣਾ ਤਿਆਰ ਹੁੰਦਾ ਉਹ ਬਾਅਦ ਦੇ ਵਿੱਚ ਫਿਰ ਖੁੱਲ੍ਹਦਾ ਆ, ਮਾੜਾ ਮੋਟਾ ਸਨੈਕਸ ਨੂੰ ਜਿਹਾ ਉਹ ਤੁਸੀਂ ਲਿਆ ਸਕਦੇ ਹਾਂ। ਉਹ ਅਲੱਗ ਹੋ ਇਸ ਵਕਤ ਜਿਹੜਾ ਖਾਣਾ ਆ ਰਿਹਾ ਉਹ ਉੱਥੋਂ ਆ ਰਿਹਾ ਪਰਲੇ ਪਾਸੇ ਤੋਂ, ਠੀਕ ਹੈ। ਉਹ ਹੈਗਾ ਆ ਜਿਹੜਾ ਸਟਾਰਟਰ, ਅਤੇ ਮੇਨ ਕੋਰਸ ਜਿਹੜਾ ਆ ਉਹ ਇਸ ਪਾਸੇ ਜਿਹੜਾ ਅੰਦਰ ਆ, ਠੀਕ ਹੈ। ਸਾਨੂੰ ਮਿਲਿਆ ਆ VIP ਪੈਕੇਜ, ਜੋ ਕਿ ਅਸੀਂ ਹੁਣ ਆ ਉਹ ਉੱਤੇ ਬੈਠੇ, ਅਤੇ ਸਾਡੇ ਕੋਲ ਇੱਕ ਜਿਹੜਾ ਇਹਨਾਂ ਦਾ ਵੇਟਰ ਆ ਉਹਨੇ ਖਾਣਾ ਪਾਣੀ ਲੈ ਕੇ ਆਉਣਾ ਆ। ਜਿੰਨੇ ਡਰਾਈਵਰ ਆ ਜਿਹੜੇ ਸਫਾਰੀ ਡੈਜ਼ਰਟ ਨੂੰ ਪੂਰਾ ਲੈ ਕੇ ਆਉਂਦੇ ਆ ਨਾ ਸਾਰਾ ਇਹਨਾਂ ਨੂੰ, ਉਹ ਆਹ ਵਾਲਾ ਹੈਗਾ ਆ ਡਰਾਈਵਰਾਂ ਦਾ ਖਾਣਾ ਪਾਣੀ। ਅਤੇ ਹੁਣ ਆਪਾਂ ਉੱਤੇ ਚੱਲਦੇ ਹਾਂ, ਬਾਕੀ ਦਾ ਰੰਗਾ ਰੰਗ ਪ੍ਰੋਗਰਾਮ ਤੁਹਾਨੂੰ ਉੱਤੋਂ ਦਿਖਾਉਣੇ। ਹੁਣ ਆਪਾਂ ਆ ਗਏ ਹਾਂ VIP ਸੂਟ ਦੇ ਉੱਤੇ, ਅਤੇ ਇੱਥੇ ਹੁਣ ਆਪਾਂ ਆਪਣੇ ਕੈਬਿਨ 'ਚ ਬਹਿੰਦੇ ਹਾਂ, ਅਤੇ ਥੱਲੇ ਉਹ ਬੰਦਾ ਆਵੇਗਾ ਜਿਹੜਾ ਖਾਣਾ ਪਾਣੀ ਲੈ ਕੇ ਉਹਨਾਂ ਦੇ ਕਹਿਣ ਦੇ ਮੁਤਾਬਕ, ਅਤੇ ਵਾਸ਼ਰੂਮ ਵਗੈਰਾ ਸਾਰਾ ਕੁਛ ਉੱਥੇ ਆ। ਉਹ ਹੈਗਾ ਆ VIP 1, ਸੋਰੀ ਆਹ ਵਾਲਾ ਜਿਹੜਾ ਮੇਨ ਆ VIP 1 ਆ ਜਾ ਆਪਣਾ ਕੈਬਿਨ। ਆਹ ਦੇਖੋ ਜਿੱਦਾਂ ਹੁਣ ਸਾਡੇ ਵਾਸਤੇ ਆ ਡਰਿੰਕ ਸਾਰੇ ਇੱਥੇ ਪਹਿਲਾਂ ਪਏ ਆ, ਅਤੇ ਸਾਰੇ ਠੰਡੇ ਆ। ਸੈਕਿੰਡ ਨੰਬਰ ਜਿਹੜਾ VIP ਹੁੰਦਾ ਉਹ ਹੁੰਦਾ ਆ ਜਿਹਦੇ 'ਤੇ ਕੀ ਹੁੰਦਾ ਕਿ ਉਹ ਹੱਕਾ ਹੱਕਾ ਵਗੈਰਾ ਉੱਥੇ ਉਹਨਾਂ ਨੂੰ ਪਹੁੰਚ ਜਾਂਦਾ, ਅਤੇ ਨਾਲ ਉਹ ਇਹੋ ਸਾਰਾ ਕੁਛ ਜਿਹੜਾ ਹੁੱਕਾ ਹੱਕਾ ਪੀਣ ਵਾਲੇ ਆ। ਉੱਦਾਂ ਜਿਹੜੇ ਹੁੰਦੇ ਆ ਇੱਥੇ ਵਾਲੇ ਇਹ ਹੁੰਦੇ ਆ ਕਿ ਹੁੱਕੇ ਦਾ ਸੈਪਰੇਟ ਪੇ ਹੁੰਦੇ ਆ ਲੱਗੇ ਕਾਰਨ, ਕਿਉਂਕਿ ਕਈ ਕਹਿੰਦੇ ਨਾ ਆਪਾਂ ਹੁੱਕਾ ਕਹਿੰਦੇ, ਕਈ ਵਿਚਾਰੇ ਉਹ ਸ਼ੀਸ਼ਾ ਕਹਿੰਦੇ ਜਾਂ ਕਿੱਦਾਂ ਵੀ ਆ ਉਹ ਹੁੰਦੇ ਆ। ਆਹ ਲਓ ਜੀ ਖਾਣਾ ਆ ਗਿਆ ਸਾਡਾ। ਇਹ ਖਾਣੇ ਵਾਸਤੇ ਤੁਹਾਨੂੰ ਮੈਂ ਬਾਅਦ ਦੇ ਵਿੱਚ ਜਿਹੜੇ ਦਿਖਾਊਂਗਾ
ਕਿ ਆ ਸਾਰਿਆਂ ਜਣਿਆਂ ਦੀ ਕਿੱਦਾਂ ਲਾਈਨ ਲੱਗਦੀ ਆ, ਮਤਲਬ ਕਿ ਅੱਜ ਕਹਿ ਲਓ ਕਿ ਰਮਾਦਾਨ ਦਾ ਮੰਥ ਕਰਕੇ ਨਾ ਜਿਹੜੇ ਮੁਸਲਿਮ ਕੰਟਰੀਆਂ ਤੋਂ ਲੋਕ ਆ ਬਹੁਤ ਘੱਟ ਆਉਂਦੇ ਆ, ਕਿਉਂਕਿ ਇੰਨਾ ਲੰਬਾ ਸਮਾਂ ਉਹ ਕਹਿੰਦੇ ਕਿ ਰੇਤਾ 'ਚ ਜਾਣਾ ਆ, ਜਾ ਕੇ ਰੋਜ਼ਾ ਨਹੀਂ ਰੱਖ ਹੋਣਾ, ਪਲੱਸ ਮੁੜ ਕੇ ਹਰ ਇੱਕ ਦੀ ਆਪਣਾ ਆਪਣਾ ਫੈਮਲੀਆਂ ਦੇ ਹੁੰਦੇ ਆ ਸਿਸਟਮ, ਸੋ ਤਾਂ ਕਰਕੇ ਰਮਾਦਾਨ ਦੇ ਮਹੀਨੇ ਇੱਥੇ ਰਸ਼ ਬਹੁਤ ਘੱਟ ਆ, ਨਹੀਂ ਤਾਂ ਸਾਰਾ ਫੁੱਲ ਹੁੰਦਾ ਆ, ਇਹ ਫੁੱਲ ਹੁੰਦਾ ਅਤੇ ਜਦੋਂ ਮੁੜ ਕੇ ਰੋਟੀ ਖਾਣ ਦਾ ਟਾਈਮ ਹੁੰਦਾ ਫਿਰ ਉੱਥੇ ਸਾਰੇ ਬੰਦਿਆਂ ਦੀ ਭੱਜ ਕੇ ਇੱਦਾਂ ਲਾਈਨ ਲੱਗਦੀ ਆ ਜਿਵੇਂ ਉਹ ਕਹਿੰਦੇ ਨਾ ਪਾਕਿਸਤਾਨ ਦੇ ਵਿੱਚ ਰੋਟੀ ਖੁੱਲ੍ਹ ਗਈ ਜੇ। ਹੁਣ ਆਹ ਦੇਖੋ ਜਿਵੇਂ ਕਿ ਸਾਡਾ ਖਾਣਾ ਆ ਸਾਰਾ ਵੈਜੀ ਪ੍ਰੋਪਰ, ਇੱਥੇ ਪਹਿਲਾਂ ਹੀ ਆ ਗਿਆ ਪੈ ਕੇ, ਸਾਨੂੰ ਥੱਲੇ ਜਾਣਾ ਨਹੀਂ ਪਿਆ। ਲਓ ਜੀ ਰੰਗਾ ਰੰਗ ਪ੍ਰੋਗਰਾਮ ਚਾਲੂ ਹੋ ਗਿਆ, ਜਿਹੜਾ ਮੂੰਹ ਦੇ ਵਿੱਚੋਂ ਅੱਗ ਲੱਗੀ ਹੁੰਦੀ ਨਾ ਕਰੇ ਉਹਨੂੰ ਮੂੰਹ 'ਚ ਤੇਲ ਪਾ ਕੇ ਅਤੇ ਮੁੜ ਕੇ ਫੁਹਾਰਾ ਮਾਰਨਾ, ਜਿਹਨਾਂ ਨੂੰ ਨਹੀਂ ਆ ਪਤਾ, ਖਾਸ ਕਰਕੇ ਇੱਥੋਂ ਦੇ ਨਿਆਣੇ ਜਿਹੜੇ ਨਾਲ ਆਇਓ ਆ, ਇਹ ਕਿੱਦਾਂ ਹੁੰਦਾ? ਉਹ ਮੈਂ ਕਿਹਾ ਭਰਾਵਾ ਅਸੀਂ ਇਹੋ ਡੀਜ਼ਲ ਮੂੰਹ 'ਚ ਪਾ ਕੇ ਇੱਦਾਂ ਖੱਪ ਖਾਰ ਇੰਡੀਆ ਲੱਗੇ ਰਹੇ ਕਰਨ। ਹੁਣ ਜਿਵੇਂ ਕਿ ਆ ਚਾਹ ਕੌਫੀ ਵਗੈਰਾ ਜਿਹੜੀ ਇੱਥੋਂ ਦੀ ਕੌਫੀ ਹੈ ਨਾ ਉਹ ਬਹੁਤ ਹੀ ਵਧੀਆ ਆ, ਅਤੇ ਨਹੀਂ ਨਹੀਂ ਮਿਲਕ ਨਹੀਂ ਚਾਹੀਦਾ, ਆਹੀ ਮਿਲਕ ਚਾਹੀਦਾ। ਅਤੇ ਫਰਕ ਇਹਨਾਂ ਕਿ ਜਿਵੇਂ ਹੁਣ ਆ ਉੱਥੇ ਚਾਹ ਕੌਫੀ ਵੀ ਸਾਨੂੰ ਲੈ ਕੇ ਆਉਂਦਾ ਅਤੇ ਬਾਕੀ ਆ ਖਾਣਾ ਖੁਣਾ ਵੀ, ਅਤੇ ਹੁਣ ਉੱਥੇ ਦੇਖੋ ਕਿ ਉਹ ਜਿਹੜੀ ਚੀਜ਼ ਹੈ ਨਾ ਉਹਦਾ ਇੱਦਾਂ ਰਸ਼ ਪੈਂਦਾ ਆ, ਜਿਵੇਂ ਪਾਕਿਸਤਾਨ 'ਚ ਕਹਿੰਦੇ ਨਾ ਰੋਟੀ ਖੁੱਲ੍ਹ ਗਈ ਜੇ, ਅਤੇ ਇੱਦਾਂ ਰੋਟੀ ਜਿਵੇਂ ਖੁੱਲ੍ਹਦੀ ਆ ਫਿਰ ਆ ਸਾਰੇ ਲੋਕ ਹੁਣ ਭੱਜ ਕੇ ਜਾ ਕੇ ਉਹਦੇ ਵਿੱਚ ਇਕੱਠੇ ਹੋਏ ਹੋ, ਅਤੇ ਹੁਣ ਉਹ ਗੜੀ 'ਤੇ ਮੜੀ ਚਾੜ ਕੇ ਬੈਠੇ ਹੋ ਆ, ਅਤੇ ਆਪਾਂ ਰੋਟੀ ਪਾਣੀ ਸਾਰਾ ਖਾ ਕੇ ਸਾਰਾ ਕੁਛ ਕਰਕੇ ਵਿਹਲੇ ਹੋ ਕੇ ਬੈਠੇ ਹਾਂ। ਆਹ ਵਾਲਾ ਰੰਗਾ ਰੰਗ ਪ੍ਰੋਗਰਾਮ ਹਾਲੇ ਰਹਿੰਦਾ ਸੀਗਾ, ਬਟ ਵੈਲੀ ਡਾਂਸ ਨਹੀਂ ਹੋਣਾ। ਇਹ ਹੁਣ ਇੱਦਾਂ ਹੋ ਰਿਹਾ ਕਰੂਗਾ, ਉਹਨਾਂ ਨੂੰ ਹੁਣ ਖੋਲ੍ਹਣ ਲੱਗਾ ਆ, ਕਿਉਂਕਿ ਇਹ ਖੋਲ੍ਹ ਕੇ ਨਾ ਤਾਂ ਉਹਨੂੰ ਲੈ ਕੇ ਜਾਣਾ ਆ। ਲਓ ਜੀ ਹੁਣ ਬਸ ਕੰਮ ਖਤਮ, ਪੈਸਾ ਹਜਮ, ਖੇਲ ਖਤਮ, ਸੋ ਬੰਦੇ ਜਾਣ ਲੱਗ ਪਏ ਆਪੋ ਆਪਣੀਆਂ ਗੱਡੀਆਂ ਨੂੰ, ਸੋ ਹੁਣ ਸਾਨੂੰ ਵੀ ਆਵਾਜ਼ ਪੈਣੀ ਵਾਲੀ ਹੈ ਅਤੇ ਅਸੀਂ ਵੀ ਹੁਣ ਗੱਡੀਆਂ ਵੱਲ ਨੂੰ ਜਾਣ ਲੱਗੇ ਹਾਂ, ਅਤੇ ਟਾਈਮ ਆਲਮੋਸਟ ਉਹ 8 ਵੱਜ ਹੀ ਗਏ ਆ। ਮੈਂ ਸੋਚਿਆ ਸੀਗਾ ਵੀ ਸ਼ਾਇਦ ਆਹ ਵੀ ਡਾਂਸ ਨਹੀਂ ਹੋਣਾ, ਅਤੇ ਹੁਣ ਆਪਾਂ ਜਾ ਰਹੇ ਹਾਂ, ਹੁਣ ਆਪਾਂ ਇੱਧਰੋਂ ਆਏ ਹਾਂ
ਤੇ ਹੁਣ ਆਪਾਂ ਸਿੱਧੇ ਜਾਣ ਲੱਗੇ, ਆਪਣੀ ਗੱਡੀ ਉੱਧਰ ਖੜੀ ਆ, ਗੱਡੀ ਵਿੱਚ ਬਹਿ ਕੇ ਆਪਾਂ ਬਸ ਚੱਲੇ ਆ ਹੁਣ। ਲਓ ਜੀ ਹੁਣੀ ਆਪਾਂ ਨੂੰ ਭਾਈ ਸਾਹਿਬ ਲਾ ਕੇ ਗਏ ਆ, ਆਪਾਂ ਆ ਗਏ ਹੁਣ ਹੋਟਲ ਦੇ ਵਿੱਚ ਵਾਪਸੀ। ਅੰਦਰ ਆਏ ਆ, ਪੂਰਾ ਗਾਹ ਪਾ ਕੇ ਜਾਈਦਾ ਅਸੀਂ ਇੱਥੋਂ, ਅਤੇ ਅੰਦਰ ਆਉਂਦੇ ਹਾਂ ਸਾਹ ਉਹਨੇ ਵਿਚਾਰਿਆਂ ਨੇ ਐਨ ਟਕਾ ਟਕੂ ਕੇ ਹਰ ਇੱਕ ਚੀਜ਼ ਰੱਖੀ ਹੁੰਦੀ ਹੈ। ਅਸੀਂ ਫਿਰ ਆਏ ਸੀਗੇ, ਫਿਰ ਗਾਹ ਪਾ ਕੇ ਗਏ, ਫਿਰ ਵਿਚਾਰੇ ਆੜ ਕੇ ਟਕਾ ਟਕੂ ਕੇ ਜਾਂਦੇ ਆ, ਐਨ ਟਿਪ ਟੋਪ ਰੂਮ ਸਰਵਿਸ। ਮੈਂ ਕਿਹਾ ਬਹਿ ਜਾ ਬਹਿ ਜਾ, ਥੱਲੇ ਵੀ ਟਾਵਰ ਵਿਛਾਏ ਪਏ ਜਾ ਕਿ ਜਿਹੜੇ ਮੈਟ ਦੇ ਬੰਦ ਦੇਖੋ।